ਸੰਗਤ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਸ਼ਰਧਾਲੂਆਂ ਨੂੰ ਸੱਟਾਂ ਲੱਗੀਆਂ ਤੇ ਕਾਫੀ ਨੁਕਸਾਨ ਵੀ ਹੋਇਆ, ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਸ਼ਰਧਾਲੂਆਂ ਨੂੰ ਬੱਸ ਦੇ ਵਿੱਚੋਂ ਕੱਢ ਕੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ। ਇਹ ਬੱਸ ਡੇਰੇ ਬਿਆਸ ਜਾ ਰਹੀ ਸੀ, ਪਰ ਇਸ ਬੱਸ ਦੀ ਟੱਕਰ ਸਾਹਮਣੇ ਤੋਂ ਆ ਰਹੇ ਟਰੱਕ ਦੇ ਨਾਲ ਹੋ ਗਈ, ਜੋ ਰੇਤੇ ਦੇ ਨਾਲ ਭਰਿਆ ਹੋਇਆ ਸੀ, ਅਤੇ ਸਾਹਮਣੇ ਦੀ ਟੱਕਰ ਤੋਂ ਬਾਅਦ ਬੱਸ ਅਤੇ ਟਰਾਲਾ ਦੋਵੇਂ ਪਲਟ ਗਏ। ਇਸ ਹਾਦਸੇ ਦੇ ਵਿੱਚ ਟਰੱਕ ਚਾਲਕ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਦਰਅਸਲ ਇਹ ਹਾਦਸਾ ਬੱਸ ਡਰਾਈਵਰ ਦੀ ਗਲਤੀ ਦੇ ਕਾਰਨ ਵਾਪਰਿਆ। ਜਾਣਕਾਰੀ ਮੁਤਾਬਕ ਸ਼ਰਧਾਲੂਆਂ ਨਾਲ ਭਰੀ ਬੱਸ ਦਾ ਡਰਾਈਵਰ ਕਾਫੀ ਸਪੀਡ ਦੇ ਵਿੱਚ ਸੀ ਅਤੇ ਗਲਤ ਸਾਈਡ ਤੋਂ ਬੱਸ ਲੈ ਕੇ ਜਾ ਰਿਹਾ ਸੀ, ਜਿਸ ਕਾਰਨ ਸਿੱਧੀ ਟੱਕਰ ਰੇਤੇ ਦੇ ਨਾਲ ਭਰੇ ਟਰਾਲੇ ਦੇ ਨਾਲ ਹੋ ਗਈ। ਹਾਲਾਂਕਿ ਇਸ ਘਟਨਾ ਤੋਂ ਬਾਅਦ ਬੱਸ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ। ਇਹ ਹਾਦਸਾ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਵਾਪਰਿਆ। ਮੈਂ ਪਠਾਨਕੋਟ ਤੋਂ ਰੇਤਾ ਇਹ ਭਰ ਕੇ ਆਉਂਦੇ ਦੂਜੀ ਗੱਡੀ, ਤੇ ਮੈਂ ਪਿੱਛੇ ਹੀ ਹਜੇ ਮੇਰੀ ਆਪਣੀ ਗੱਡੀ ਮੈਂ ਦਸ ਚੱਕੀ ਲਿਆਉਣ ਡਿਆ ਪਿੱਛੇ, ਤੇ ਬੱਸ ਇੰਨੀ ਕੁ ਸਪੀਡ ਸੀ ਨਾ, ਓਵਰ ਸਪੀਡ ਹੀ ਆਉਣ ਡਈ। ਸੰਗਤ ਵਿੱਚ ਪਿੱਛੇ ਬੈਠੀ ਆਪਣੇ ਬਿਆਸ ਡੇਰੇ ਬਿਆਸ ਚੱਲੇ ਕਿੱਥੇ ਚੱਲੇ, ਤੇ ਉੱਥੋਂ ਆਉਂਦੇ ਪਏ ਤੇ ਇਹਨੇ ਲਿਆ ਕੇ ਇੱਧਰ ਸਾਈਡ ਤੇ ਪਤਾ ਨਹੀਂ ਕਾਰ ਹੀ ਕਿ ਕੀ ਆਉਣ ਡਿਆ ਸੀ, ਇਹਨੇ ਯਕਦਮ ਟਰਾਲ ਆਪਣੀ ਬੱਸ ਦੀ ਕੱਟ ਮਾਰੀ ਆ ਗੱਡੀ ਗਾੜੀ, ਤੇ ਇਹਦੇ ਕੋਲ ਕੰਟਰੋਲ ਨਹੀਂ ਹੋਏਗੀ, ਤੇ ਇਹਨੇ ਚਾਰ ਤੀ ਫੁੱਟ ਬਾਅਦ ਤੇ ਗਾੜੀ ਨੂੰ 12 ਚੱਕੀ ਉਹਦੇ ਵਿੱਚ, ਪਹਿਲਾਂ ਮੇਰੇ ਵਿੱਚ ਮਾਰ ਲੱਗਾ, ਮੇਰੇ ਵਿੱਚ ਮਾਰਦਾ ਮਾਰਦਾ ਬਾਅਦ 'ਚ ਮੈਂ ਆਪਣੀ ਫੁੱਟਬਾਲ ਦੇ ਨਾਲ ਲਾ ਕੇ ਗੱਡੀ ਲਿਆਇਆ, ਹੌਲੀ ਹੌਲੀ ਲਿਆ ਕੇ ਮੈਂ ਕੰਟਰੋਲ ਕੀਤੀ, ਬਾਅਦ 'ਚ ਇਹਦੇ ਵਿੱਚ ਮਾਰਤੀ। ਨਹੀਂ ਜਾਨੀ ਨੁਕਸਾਨ ਨਹੀਂ, ਉੱਦਾਂ ਥੋੜ੍ਹੀਆਂ ਰਗੜਾਂ ਰੁਗੜਾਂ ਥੋੜ੍ਹੀਆਂ ਸੱਟਾਂ ਫੇਟਾਂ ਲੱਗੀਆਂ, ਅਤੇ ਮੈਂ ਇਹਦੇ ਸੰਗਤਾਂ ਨੂੰ ਇੱਥੇ ਡਰਾਈਵਰ ਨੂੰ ਪੁੱਛਣ ਡਿਆ ਕਿ ਡਰਾਈਵਰ ਕਿੱਥੇ, ਡਰਾਈਵਰ ਦੱਸਦਾ ਹੀ ਨਹੀਂ ਪਿਆ ਕੌਣ ਆ ਡਰਾਈਵਰ। ਜਦੋਂ ਮੈਂ ਪੁੱਛਿਆ ਉਹਨਾਂ ਨੂੰ ਬੀਬੀਆਂ ਨੂੰ ਪੁੱਛਿਆ ਕਿ ਡਰਾਈਵਰ ਕਿੱਥੇ ਆ, ਅਤੇ ਬੀਬੀਆਂ ਨੇ ਦੱਸਿਆ ਡਰਾਈਵਰ ਆਹ ਵਾ, ਅਤੇ ਉਹਦੀ ਫਿਰ ਮੈਂ ਮੌਕੇ 'ਤੇ ਵੀਡੀਓ ਬਣਾਈ ਸੰਗਤ ਦੀ ਕਿ ਦੱਸੋ ਕਸੂਰ ਕਿਹਦਾ ਵਾ। ਹਾਂਜੀ ਜ਼ਰੂਰ ਦੇਵਾਂਗੇ ਜੀ, ਮੈਂ ਵੀਡੀਓ ਬਣਾਈ ਆ, ਵੇਖੋ ਤੁਹਾਨੂੰ ਦਿਖਾ ਵੀ ਸਕਦੇ। ਚਲੋ ਬਾਕੀ ਦਾ ਮੇਰੇ ਵੀਰੇ ਇਹਦੇ ਵਿੱਚ ਆਪਣਾ ਤੁਸੀਂ ਰੇਤਾ ਲੋਡ ਜੀ? ਹਾਂਜੀ ਹਾਂਜੀ, ਰੇਤ ਇੱਥੇ ਹੀ ਲੈ ਕੇ ਜੀ ਅੰਮ੍ਰਿਤਸਰ ਚੱਲੇ ਜੀ? ਹਾਂਜੀ। ਬਾਕੀ ਜਾਨੀ ਨੁਕਸਾਨ? ਨਹੀਂ ਨਹੀਂ ਜਾਨੀ ਨੁਕਸਾਨ ਨਹੀਂ ਬਚਾਇਆ ਜੀ, ਬੱਸ ਦਾ ਜੀ ਸਾਡਾ ਨੁਕਸਾਨ ਇਹਨੇ ਕਰਤਾ, ਡਰਾਈਵਰ ਤੇ ਭੱਜ ਗਿਆ, ਮੌਕੇ ਤੇ ਭੱਜ ਗਿਆ ਫਿਰ। ਹਾਂਜੀ ਬੱਸ ਦਾ ਡਰਾਈਵਰ ਭੱਜ ਗਿਆ। ਐਕਸੀਡੈਂਟ ਇੱਦਾਂ ਹੋਇਆ ਕਿ ਅਸੀਂ ਆਪਣਾ ਰਾਊਂਡ ਕੱਢ ਕੇ ਆ ਰਹੇ ਸੀਗੇ, ਸਾਨੂੰ ਫੋਨ ਆਇਆ ਕਿ ਆਪਣਾ ਮੱਲੂ ਦੁਆਰੇ ਲੱਗੇ ਐਕਸੀਡੈਂਟ ਹੋਇਆ ਬੱਸ ਦੇ ਟਰੱਕ ਦਾ, ਜਿਹੜੀ ਕਿ ਆਪਣਾ ਬੱਸ ਜਿਹੜੀ ਰੋਂਗ ਸਾਈਡ ਸੀਗੀ ਅਤੇ ਬੱਸ ਵਾਲੇ ਦੀ ਗਲਤੀ, ਅਤੇ ਬੱਸ ਵਾਲਾ ਮੌਕੇ 'ਤੇ ਆਪਣਾ ਫਰਾਰ ਹੋ ਗਿਆ। ਹੈਲੋ ਸਰ, ਇੱਕੋ ਸਾਈਡ ਤੋਂ ਦੋਵੇਂ ਆ ਰਹੇ? ਇੱਕੋ ਸਾਈਡ ਤੋਂ ਦੋਵੇਂ ਆ ਰਹੇ ਸੀਗੇ, ਬੱਸ ਜਿਹੜੀ ਹੈਗੀ ਉਹਦੇ ਸੰਗਤ ਸੀਗੀ ਬਿਆਸ ਵਾਲਿਆਂ ਦੀ, ਅਤੇ ਉਹ ਬੱਸ ਵਾਲੇ ਦੀ ਗਲਤੀ ਹੈ, ਉਹਦੇ ਕਰਕੇ ਉਹ ਜਿਹੜੀ ਟਰੱਕ ਜਿਹੜਾ ਵਾ ਪਲਟ ਗਿਆ। ਨੁਕਸਾਨ ਬਚਾਅ ਹੋਇਆ ਜੀ, ਦੋਵਾਂ ਦਾ ਬਚਾਅ ਹੋਇਆ, ਡਰਾਈਵਰ ਦੇ ਟਿੱਪਰ ਵਾਲੇ 'ਤੇ ਮਾੜੀ ਮੋਟੀ ਆਪਣਾ ਰਗੜ ਲੱਗੀ ਹੈ, ਬਾਕੀ ਬੱਸ ਵਾਲਿਆਂ ਦਾ ਬਚਾਅ ਜੀ। ਪਤਾ ਕੋਈ ਬੱਸ ਕਿੱਥੇ ਜਾ ਰਹੀ ਸੀ? ਬੱਸ ਤਾਂ ਹੁਣ ਲੱਗਦੀ ਸਕੂਲ ਵਾਲੀ ਆ, ਅਤੇ ਉਦਾਂ ਕਹਿੰਦੇ ਸੰਗਤ ਹੀ ਵਿੱਚ, ਸੰਗਤ ਦਾ ਹੀ ਬਚਾਅ ਵਾ।